ਅਸਲਾਮ ਅਲੈਕੁਮ ਜੀ। ਅੱਜ ਅਸੀਂ ਨਿੰਮੂ ਵਾਲੇ ਦੇ ਕੋਲ ਜਨਾਬ ਮੰਡੀ ਕੈਟਲ ਫਾਰਮ ਫੈਸਲਾਬਾਦ ਸਲਾਨਾ ਦੋ ਦਫ਼ਾ ਮੰਡੀ ਜਨਾਬ ਇੱਥੇ ਲੱਗਦੀ ਹੈ ਅਤੇ ਅੱਜ ਵੀ ਅਸੀਂ ਵਿਜ਼ਿਟ ਕਰ ਰਹੇ ਹਾਂ ਜਨਾਬ। ਤੁਹਾਡੀ ਖੁਆਇਸ਼ ਦੇ ਮੁਤਾਬਕ ਇੱਕ ਖੂਬਸੂਰਤ ਜਾਨਵਰ ਮੇਰੇ ਸਾਹਮਣੇ ਆਇਆ ਸੀ ਅਤੇ ਮੈਂ ਕਿਹਾ ਚਲੋ ਤੁਹਾਡੇ ਦੋਸਤਾਂ ਨਾਲ ਆਪਣੇ ਬੇਲੀਆਂ ਨਾਲ ਤੁਹਾਡਾ ਸ਼ੇਅਰ ਕਰ ਦਈਏ। ਜਾਨਵਰ ਵੀ ਅਸੀਂ ਤੁਹਾਨੂੰ ਦਿਖਾਈਏ ਅਤੇ ਇਨਸ਼ਾਅੱਲਾ ਕੀਮਤ ਵਗੈਰਾ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਹੋ ਸਕਦਾ ਅਗਰ ਤੁਹਾਡੀ ਨਜ਼ਰ ਦੇ ਵਿੱਚ ਚੜ ਜਾਵੇ, ਪਸੰਦ ਆਏ ਦੀ ਗੱਲ ਹੈ ਜੀ, ਅਤੇ ਤੁਹਾਨੂੰ ਪਸੰਦ ਆ ਜਾਵੇ ਤਾਂ ਤੁਸੀਂ ਇਹਨਾਂ ਦੇ ਨਾਲ ਰਾਬਤਾ ਕਰਕੇ ਕੰਟੈਕਟ ਕਰ ਸਕਦੇ ਜੇ। ਲਓ ਜਨਾਬ, ਸਾਹਮਣੇ ਦੇ ਇੱਕ ਜਾਨਵਰ ਤੁਹਾਨੂੰ ਨਜ਼ਰ ਆ ਰਿਹਾ, ਬਲੈਕ ਕਲਰ ਦਾ, ਫੁੱਲ ਬਲੈਕ ਕਲਰ ਦਾ ਜਨਾਬ, ਅਤੇ ਅਸੀਂ ਗੱਲਬਾਤ ਵੀ ਕਰ ਰਹੇ ਹਾਂ ਸਭ ਨਾਲੋਂ ਪਹਿਲੇ ਅਸੀਂ ਤੁਹਾਨੂੰ ਇਹਨਾਂ ਦੇ ਪੈਰ ਪੁਰ ਚੈੱਕ ਕਰਾਉਂਦੇ ਹਾਂ ਘੋੜੇ ਦੇ। ਥੋੜ੍ਹੇ ਜਿਹਾ ਅੱਗੇ ਆਓ ਜੀ, ਪੈਰ ਦਿਖਾ, ਗਾਮਚੀਆਂ ਵਗੈਰਾ। ਲਓ ਜੀ, ਗਾਮਚੀਆਂ ਵਗੈਰਾ ਤੁਸੀਂ ਵੇਖੋ, ਪੈਰ ਸ਼ਹਿਰ ਨੌ ਸ਼ੋ ਹਰ ਚੀਜ਼ ਉੱਤੋਂ ਬਿਲਕੁਲ ਮਾਸ਼ਾਅੱਲਾ ਖੂਬਸੂਰਤ ਚੀਜ਼ ਹੈਗੀ ਹੈ। ਅਤੇ ਅੱਗੋਂ ਤੁਸੀਂ ਵੇਖ ਸਕਦੇ ਜੀ ਮੱਥੇ ਦੇ ਉੱਤੇ ਵੀ ਸਫੇਦ ਛੋਟਾ ਜਿਹਾ ਦਾਗ ਹੈਗਾ ਜੀ, ਨਿਸ਼ਾਨ। ਅਤੇ ਅੱਛਾ ਮਾਸ਼ਾਅੱਲਾ ਖੂਬਸੂਰਤ ਘੋੜਾ ਹੈਗਾ। ਅਤੇ ਜਨਾਬ ਇਹਦੀ ਕਿੰਨੀ ਕੁ ਉਮਰ ਜੇ? ਪਹਿਲਾਂ ਤਾਂ ਬਿਸਮਿਲ੍ਲਾ ਰਹਿਮਾਨ ਰਹੀਮ, ਆਪਣਾ ਨਾਂ ਦੱਸੋ। ਸੈਯਦ ਫੈਸਲ ਹੁਸੈਨ ਸ਼ਾਹ। ਅਤੇ ਕਿਹੜੀ ਜਗ੍ਹਾ ਤੋਂ ਵੀਰ ਜੀ ਆਏ ਜੀ? ਜੰਗ 'ਚੋਂ ਆਏ ਜੀ। ਅਤੇ ਇਹ ਵੀਰ ਜੀ ਕਿੰਨੇ ਪੈਸੇ ਇਹਦੇ ਮੰਗ ਰਹੇ ਜੀ? 5 ਲੱਖ ਰੁਪਈਆ। ਅਤੇ ਉਮਰ ਕਿੰਨੀ? ਉਮਰ ਹੁਣ 5 ਲੱਖ ਰਹਿ। ਹੁਣ 5 ਲੱਖ ਦਾ ਪਿਆ? ਅੱਛਾ। ਅਤੇ ਥੋੜ੍ਹਾ ਬਹੁਤ ਅਲੱਬੇ ਡਾਂਸ ਦਾ ਵੀ ਕਰਦਾ? ਥੋੜ੍ਹਾ ਜਿਹਾ ਉੱਥੇ ਬਹਿ ਕੇ ਟਰਾਈ ਦਊਂਗੇ ਦੁਬਾਰਾ। ਚਲੋ ਚੜੋ ਫਿਰ, ਹਾਂ ਤੋੜ ਲਓ, ਪੌਜ਼ ਕਰ ਦੇ ਵੀਡੀਓ। ਛੋਲ ਕਿੱਧਰ? ਲੰਗੂਰੀ ਕਰਦਾ ਡਾਂਸ ਕਰੇ। ਲਓ ਜੀ ਮਾਸ਼ਾਅੱਲਾ, ਲਓ ਜੀ ਸੋਹਣਾ ਬਛੇਰਾ ਜੀ, ਮਾਸ਼ਾਅੱਲਾ ਡਾਂਸ ਕਰਦਾ ਹੈ ਜੀ। ਹਾਂ ਠੀਕ ਹੈ, ਸ਼ਾਬਸ਼ਾਂ ਸ਼ਾਬਸ਼ਾਂ। ਬਸ ਇਹ ਭੱਜਣ ਵਾਲਾ ਨਹੀਂ ਡਾਂਸ ਕਰਦਾ। ਅੱਛਾ, ਆ ਜਾ ਫਿਰ, ਓਨਰ ਤੂੰ ਹੀ ਹੈ। ਹਾਂ ਆ ਜਾ ਫਿਰ, ਆ ਜਾ। ਇੱਥੇ ਲਾ, ਆ ਜੀ ਲਾ, ਥੱਕਿਆ ਫਿਰ ਇੱਧਰ ਮੁੰਡਾ। ਆਪਦਾ ਨਾਂ ਦੱਸ? ਫੈਸਲ ਸ਼ਾਹ ਜੀ। ਫੈਸਲ ਸ਼ਾਹ ਜੀ, ਫੈਸਲ ਸ਼ਾਹ ਸਿਰਫ ਇੱਕ ਸਵਾਲ ਜੀ ਜੀ, ਇਹਦਾ 5 ਲੱਖ ਰੁਪਇਆ ਇੰਨਾ ਰੇਟ ਵੈਸੇ ਘੋੜੇ ਦਾ ਕਿਉਂ ਹੈ? ਇਹ ਜੀ ਘੋੜਾ ਡਾਂਸ ਵਾਲਾ ਜੀ, ਸ਼ੌਕੀਨੀ ਲੈਵਲ ਦਾ ਘੋੜਾ ਮਿਲਿਆ ਵਾਲਾ ਜੀ। ਅੱਛਾ, ਇਸ ਵਜ੍ਹਾ ਤੋਂ ਇਹਦਾ ਇਹ ਸਾਡੇ ਕੋਲ ਤਾਂ ਜੀ, ਅਸੀਂ 5 ਮੰਗਿਆ ਕਿਸੇ ਜ਼ਿਮੀਂਦਾਰ ਦੇ ਡੇਰੇ ਤੋਂ ਹੋਵੇ ਤਾਂ ਘੋੜਾ ਜੀ 10 ਲੱਖ ਦਾ। ਲਓ ਜਨਾਬ, ਸਾਰੇ ਲੋਕ ਮੈਨੂੰ ਕਮੈਂਟਸ ਦੇ ਵਿੱਚ ਕਹਿੰਦੇ ਨੇ ਬਾਬਾ ਜੀ ਤੁਸੀਂ ਐਡੇ ਐਡੇ ਮਹਿੰਗੇ ਘੋੜੇ ਵਿਖਾਉਂਦੇ ਜੀ, ਇਹਦੇ 'ਚ ਮੇਰਾ ਕੋਈ ਕਸੂਰ ਨਹੀਂ। ਲੋਕ ਘੋੜਿਆਂ ਦੇ ਮਾਲਕ ਜਿਹੜੇ ਹੈਗੇ ਨੇ ਉਹ ਤੁਹਾਨੂੰ ਖੁਦ ਆਪਣੀ ਜ਼ੁਬਾਨੀ ਦੱਸਦੇ ਨੇ। ਹਾਲਾਂਕਿ ਦੇਖੋ ਪਿਛਲੀ ਮੰਡੀ ਅੰਮੀਪੁਰ ਬੰਗਲੇ ਦੇ ਵਿੱਚ ਅਜ਼ਹਰ ਨੇ ਛੋਟਿਆ ਵਛੇਰਾ ਜਿਹੜਾ ਗਾਜਰੀ ਰੰਗ ਦਾ ਕੰਨਾਂ ਦੇ ਉੱਤੇ ਉਹਦੇ ਕਲਰ ਹੈਗਾ ਸੀ, ਉਹਨੇ ਉਹਦਾ 5 ਲੱਖ ਰੁਪਈਆ ਮੰਗਿਆ। ਲੋਕਾਂ ਨੇ ਇਤਰਾਜ਼ ਕੀਤਾ ਕਿ ਜੀ ਇੰਨੇ ਪੈਸੇ ਮੰਗਦੇ ਪੈ ਜੇ, ਹੁਣ ਮਾਲਕ ਤੁਹਾਡੇ ਕੋਲ ਖਲੋਤਾ ਜੇ। ਉਹੀ ਕੁਐਸਚਨ ਜਿਹੜਾ ਤੁਸੀਂ ਮੇਰੇ ਨਾਲ ਕੀਤਾ ਜੇ, ਮੈਂ ਅੱਗੇ ਕੁਐਸਚਨ ਕਰ ਦਿੱਤਾ, ਇਹਦਾ ਜਵਾਬ ਤੁਹਾਨੂੰ ਇਹ ਖੁਦ ਆਪਣੇ ਜ਼ੁਬਾਨੀ ਦੇ ਰਹੇ ਨੇ। ਇੰਨਾ ਰੇਟ ਲੋਕ ਇਤਰਾਜ਼ ਕਰਦੇ ਨੇ ਕਿ ਜੀ 5 ਲੱਖ ਰੁਪਈਆ ਜਾਂ 10 ਲੱਖ ਰੁਪਇਆ ਘੋੜੇ ਦਾ ਰੇਟ ਹੈਗਾ, ਇਹਦੇ ਨਾਲ ਸ਼ੌਕ ਜਿਹੜਾ ਮਜ਼ੀਦ ਖਰਾਬ ਹੁੰਦਾ। ਉਹ ਜਿਹਨਾਂ ਦਾ ਸ਼ੌਕ ਖਰਾਬ ਹੁੰਦਾ ਕਿ ਹਾਈ ਸਾਹਿਬ ਹੋਵੇ ਪਿਆ, ਜਿਹੜੀ ਚੀਜ਼ ਸੋਨਾ ਤੁਹਾਨੂੰ ਪਤਾ ਆਪਣੇ ਰੇਟ 'ਤੇ ਵਿਕਦਾ, ਜਿਹੜੀ ਚੀਜ਼ ਸੋਨਾ ਹੋਵੇ ਉਸ ਸੋਨੇ ਵਾਲੀ ਜਗ੍ਹਾ 'ਤੇ ਵੇਚਣਾ।
ਖੋਟੀ ਚੀਜ਼ ਤੇ ਕਾਇਨੀ ਬਈ ਜਿਹੜੀ ਹੈ ਮੀਆਂ ਲੱਖ ਸਵੇ ਵਾਲੀ ਹੋਵੇ ਜੀ ਠੀਕ ਹੋ ਗਿਆ ਲਓ ਜਨਾਬ ਇਹਨਾਂ ਦਾ ਜਿਹੜਾ ਜਵਾਬ ਸੀ ਤੁਹਾਡੇ ਕੋਲ ਆ ਗਿਆ ਜਨਾਬ ਤੇ ਨੰਬਰ ਆਪਦਾ ਜ਼ਰਾ ਸ਼ੇਅਰ ਕਰ ਦਿਓ ਅਗਰ ਕੋਈ ਮੇਰਾ ਵੀ ਇਸ ਬੋਲੋ 47 ਜੀ 47 22 508 47 22 508 ਜੀ ਨਾਂ ਦੁਬਾਰਾ ਆਪਣਾ ਦੱਸ ਫੈਸਲ ਸ਼ਾਹ ਇੱਕੋ ਹੀ ਤੇਰੇ ਕੋਲ ਘੋੜਾ ਕਿ ਨਾਲ ਹੋਰ ਵੀ ਲੈ ਹੋ ਰਹੀ ਹੈ ਨਾ ਹੋਰ ਵੀ ਲੈ ਕੇ ਲਓ ਜਨਾਬ ਇਹ ਟਰਾਈ ਦੇ ਰਿਹਾ ਸਨ ਬਾਹਰ ਮੈਨੂੰ ਅੱਛਾ ਲੱਗਿਆ ਮੈਂ ਇਹਨਾਂ ਕੋਲ ਆ ਗਿਆ ਸਾਰੀ ਚੀਜ਼ ਤੁਹਾਡੇ ਕੋਲ ਆ ਗਈ ਨੰਬਰ ਵੀ ਇਹਨਾਂ ਦੇ ਕੋਲ ਆ ਗਿਆ ਤੁਹਾਡੇ ਕੋਲ ਆ ਗਿਆ ਤੁਸੀਂ ਬਕਾਇਦਾ ਇਹਨਾਂ ਦੇ ਨਾਲ ਗੱਲਬਾਤ ਕਰਕੇ ਤੁਸੀਂ ਕਰ ਸਕਦੇ ਜੇ ਅਤੇ ਮਜ਼ੀਦ ਜਿਹੜਾ ਉਹ ਤੁਹਾਨੂੰ ਘੋੜੇ ਦਾ ਡਾਂਸ ਵੀ ਹੁਣ ਤੁਹਾਨੂੰ ਵਿਖਾਉਂਦੇ ਨੇ ਇੱਕ ਦੋ ਸਟੈਪ ਜਿਹੜੇ ਵੀ ਉਹ ਆਪਣੇ ਮਰਜ਼ੀ ਦੇ ਮੁਤਾਬਕ ਦਿਖਾਵਣ ਅਤੇ ਵੀਡੀਓ ਅੱਛੀ ਲੱਗੀ ਹੋਵੇ ਜੇ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ ਅਤੇ ਜ਼ਰਾ ਉਹ ਜਿਹੜੇ ਨੇ ਸਵਾਲ ਦਾ ਜਵਾਬ ਸਵਾਲ ਜਿਹੜਾ ਤਕੀਤਾ ਤਾਂ ਸੀ ਕਿ ਲੋਕ ਜ਼ਿਆਦਾਤਰ ਇਹ ਕਹਿੰਦੇ ਨੇ ਕਿ ਜੀ ਤੁਸੀਂ ਰੇਟ ਸ਼ੇਟ ਬਹੁਤ ਜ਼ਿਆਦਾ ਮੰਗਦੇ ਨੇ ਇਸ ਲਈ ਮੈਂ ਖੁਦ ਹੀ ਉਹਨਾਂ ਦੇ ਕੋਲ ਮਾਈਕ ਕਰ ਦਿੱਤਾ ਕਿ ਜਨਾਬ ਤੁਸੀਂ ਖੁਦ ਹੀ ਇਹਦਾ ਜਵਾਬ ਤੁਸੀਂ ਦਿਓ ਬਿਹਤਰ ਜਵਾਬ ਤੁਸੀਂ ਦੇ ਸਕਦੇ ਜੇ ਜਨਾਬ ਤੁਹਾਨੂੰ ਪਤਾ ਫਿਰ ਚਾਹ ਜਿੱਥੋਂ ਮਰਜ਼ੀ ਪਈ ਹਾਜ਼ਰੀ ਤਾਂ ਤੁਹਾਡੀ ਹੀ ਦੇਣੀ ਅਤੇ ਲਓ ਜਨਾਬ ਮਾਸ਼ਾ ਅੱਲਾ ਦੇਖਣਾ ਅਤੇ ਅੱਗੋਂ ਪਰਲੇ ਪਾਸੋਂ ਇਹ ਤਾਂ ਪਿੱਛੇ ਆ ਜਾਂਦਾ ਨਾ ਬੈਗ ਉਧਰਲੇ ਪਾਸ ਜਾ ਜੀ ਜੀ ਚਲੋ ਵੀਰ ਜੀ ਲਿਓ ਹੈਲੋ ਸ਼ਾਬਾਸ਼ 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 ਜੀ ਲਓ ਜਨਾਬ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ ਇਨਸ਼ਾਅੱਲਾ ਨਈ ਵੀਡੀਓ ਮੈਂ ਫਿਰ ਆਪਸੇ ਮੁਲਾਕਾਤ ਹੋਗੀ ਇਜਾਜ਼ਤ ਚਾਹਤਾ ਹੂੰ ਜੀ ਫੀ ਮਾਨੁੱਲਾ ਅੱਲਾ ਹਾਫਿਜ਼ ਬਿਸਮਿਲ੍ਲਾ